ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖਦੇ ਹੋ ਤਾਂ ਪੰਜਾਬ ਲੈ ਇੱਕ ਵਾਰ ਮੀਨਾ ਪੈਣ ਕਰਕੇ ਜੰਗਲ ਦਾ ਸਾਰਾ ਕੁਝ ਸੁੱਕ ਗਿਆ ਅਤੇ ਅਕਾਲ ਪੈ ਗਿਆ ਉਥੋਂ ਦੇ ਜਨੌਰ ਪਸ਼ੂ ਪੰਛੀ ਸਾਰਾ ਉਥੋਂ ਥਾਂ ਛੱਡ ਛੱਡ ਕੇ ਹੋਰ ਥਾਂ ਤੇ ਜਾਣ ਲੱਗੇ ਕੁਝ ਖਾਣ ਨੂੰ ਨਹੀਂ ਸੀ ਮਿਲਦਾ ਇੱਕ ਰੁੱਖ ਦੇ ਉੱਤੇ ਇੱਕ ਗਾਂ ਤੇ ਚਿੜੀ ਬੈਠੇ ਹੋਏ ਸਨ ਉਹਨਾਂ ਕਿੰਨੇ ਦਿਨ ਤੋਂ ਕੁਝ ਨਹੀਂ ਸੀ ਖਾਦਾ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਵੀ ਖਾਣ ਨੂੰ ਕੁਝ ਨਹੀਂ ਮਿਲਦਾ ਇੰਨੇ ਨੂੰ ਇੱਕ ਲੋਮੜੀ ਆਪਣੇ ਪੈਰਾਂ ਦੇ ਵਿੱਚ ਤੇ ਮੂੰਹ ਦੇ ਵਿੱਚ ਕੁਝ ਨਾ ਦੱਬੀ ਤੁਰੀ ਆਉਂਦੀ ਹੁੰਦੀ ਤੇ ਖਾਣ ਲੱਗਦੀ ਔਰ ਉਖ ਥੱਲੇ ਆ ਕੇ ਇੰਨੇ ਨੂੰ ਜਿਹੜੀ ਚਿੜੀ ਹੁੰਦੀ ਉਹ ਕਹਿੰਦੀ ਵੀ ਮੈਨੂੰ ਵੀ ਥੋੜਾ ਜਿਹਾ ਖਾਣ ਨੂੰ ਦੇ ਦੇ ਮੈਂ 2 ਦਿਨ ਹੋ ਗਏ ਖਾਣ ਨੂੰ ਕੁਝ ਨਹੀਂ ਮਿਲਿਆ ਤੇ ਅਸੀਂ ਭੁੱਖ ਦੇ ਨਾਲ ਮਰ ਰਹੇ ਉਹ ਲੋਮੜੀ ਸਭ ਨੂੰ ਪਤਾ ਹੈ ਕਿ ਬੜੀ ਜ਼ਿਆਦਾ ਚਲਾਕ ਹੁੰਦੀ ਉਹ ਕਹਿੰਦੀ ਠੀਕ ਹੈ ਥੋੜਾ ਜਿਹਾ ਤੁਸੀਂ ਦੋਵੇਂ ਚਣੇ ਖਾ ਲੋ ਥੋੜਾ ਜਿਹਾ ਮੈਂ ਖਾ ਲੈਨੀਂ ਉਹਨੂੰ ਲੋਂਬੜੀ ਨੂੰ ਏਸੀ ਵੀ ਜਦੋਂ ਇੱਥੱਲੇ ਆਏ ਕਹਿਣਾ ਤੇ ਮੈਂ ਆਪਣਾ ਤੇ ਜਿਹੜਾ ਮੇਰੇ ਕੋਲ ਹੈ ਹੀ ਮੈਂ ਬਾਅਦ ਚ ਖਾਵਾਂਗੀ ਪਹਿਲਾਂ ਮੈਨੂੰ ਖਾ ਜਾਾਂਗੀ ਕਾਂ ਜਦੋਂ ਉੱਡਣ ਲੱਗਦੀ ਤੇ ਕਾਂ ਪਿੱਛੋਂ ਨੂੰ ਫੜ ਲਿੰਦਾ ਕਾਂ ਕਹਿੰਦਾ ਵੀ ਤੂੰ ਪਾਗਲ ਐ ਵੀ ਤੂੰ ਇਹਦੇ ਕੋਲ ਜਾਂਦੀ ਐ ਇਹ ਆਪਣਾ ਜਿਹੜਾ ਪ੍ਰਸ਼ਾਦਾ ਪਾਣੀ ਇਹਦੇ ਕੋਲ ਹੈਗਾ ਨਾ ਇਹ ਬਾਅਦ ਚ ਖਾਏਗੀ ਪਹਿਲਾਂ ਤੈਨੂੰ ਖਾ ਜਾਣਾ ਇਹਨੇ ਕਹਿੰਦੀ ਤੂੰ ਪਾਗਲ ਐ ਉਹਨੇ ਮੈਨੂੰ ਹੁਣੇ ਕਿਹਾ ਵੀ ਆ ਕੇ ਥੋੜਾ ਥੋੜਾ ਤੁਸੀਂ ਖਾ ਲੋ ਤੇ ਬਾਕੀ ਦਾ ਬਚਦਾ ਮੈਂ ਖਾ ਲਾਂਗੀ ਉਹ ਕਹਿੰਦਾ ਵੀ ਤੂੰ ਐਵੇਂ ਕਿਸੇ ਤੇ ਇਤਬਾਰ ਨਾ ਕਰਿਆ ਕਰ ਤੂੰ ਇੱਕ ਗੱਲ ਸੁਣ ਮੈਂ ਤੈਨੂੰ ਗੱਲ ਸੁਣਾ ਕਿੰਦੇ ਆਪਣੇ ਜਿਹੜੇ ਜੰਗਲ ਦੇ ਵਿੱਚ ਇੱਕ ਪਿੱਪਲ ਦਾ ਰੁੱਖ ਹੈ ਨਾ ਉਹਦੇ ਉੱਤੇ ਇੱਕ ਤੋਤਾ ਤੇ ਇੱਕ ਮੈਨਾ ਰਿਹਾ ਕਰਦੇ ਸੀ ਉਹਦੇ ਜੜ੍ਹ ਥੱਲੇ ਖੁੱਡ ਸੀ ਨਾ ਜੜ੍ਹਾਂ ਸਨ ਉਹਦੇ ਵਿੱਚ ਇੱਕ ਸੱਪ ਰਿਹਾ ਕਰਦਾ ਸੀ ਤੋਤਾ ਤੇ ਮੈਨਾ ਨੇ ਜਦੋਂ ਵੀ ਬੱਚੇ ਦੇਣੇ ਤੇ ਸੱਪ ਨੇ ਆ ਕੇ ਖਾ ਜਾਣੇ ਉਹਨਾਂ ਜਦੋਂ ਵੀ ਅੰਡੇ ਦਿਆ ਕਰਨੇ ਤੇ ਉਹਨੇ ਆ ਕੇ ਖਾ ਜਾ ਕਰਨੇ ਐਵੇਂ ਕਈ ਵਾਰ ਹੁੰਦਾ ਰਿਹਾ ਪੰਜ 6 ਵਾਰ ਹੋ ਗਿਆ ਹੁਣ ਇੱਕ ਦਿਨ ਜਦੋਂ ਉਹਦੇ ਅੰਡੇ ਖਾਦੇ ਤਾਂ ਮੈਨਾ ਸਾਰਾ ਦਿਨ ਰੋਂਦੀ ਜਦੋਂ ਸਾਰੇ ਦਿਨ ਰੋਂਦੀ ਰਹੀ ਤਾਂ ਇੱਕ ਦਿਨ ਉਥੇ ਜਿਹੜੀ ਉਹਦੀ ਟਾਣੀ ਸੀ ਨਾ ਉਹਦੇ ਉੱਤੇ ਬਗਲਾ ਆ ਕੇ ਬੈੰਦਾ ਬਗਲਾ ਨੂੰ ਪੁੱਛਦਾ ਵੀ ਮਸਵੇਰ ਤੋਂ ਵੇਖਨਦਿਆਂ ਤੂੰ ਰੋਈ ਜਾਂਦੀ ਏ ਤੂੰ ਕਾਰਨ ਦੱਸਾਂ ਦੀ ਕਿਉਂ ਰੋਂਦੀ ਉਹਨੂੰ ਸਾਰਾ ਦੱਸਦੀ ਏ ਵੀ ਐਵੇਂ ਨਾ ਜਦੋਂ ਵੀ ਮੇਰੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਨੇ ਤੇ ਸੱਪ ਆ ਕੇ ਉਹਨਾਂ ਨੂੰ ਖਾ ਜਾਂਦਾ ਇਸ ਕਰਕੇ ਮੈਂ ਬੜਾ ਦੁਖੀ ਅਸੀਂ ਇਸ ਥਾਂ ਤੋਂ ਹੋਰ ਸਾਰੀ ਥਾਵਾਂ ਸਾਡੇ ਲਈ ਅਣਜਾਨ ਨੇ ਅਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਾਂ ਨਾ ਇਹ ਥਾਂ ਛੱਡ ਕੇ ਜਾਣੇ ਆ ਤੇ ਜਿਸ ਕਰਕੇ ਇਹ ਖਾ ਜਾਂਦਾ ਉਹ ਬਗਲਾ ਨੂੰ ਕਹਿੰਦਾ ਵੀ ਰੋਂ ਨਾਲ ਤੇ ਕੁਝ ਨਹੀਂ ਹੁਣ ਰੋਂ ਨਾਲ ਤਾਂ ਸਿਰਫ ਸਿਰ ਸਮੱਸਿਆਵਾਂ ਵਧਦੀਆਂ ਨੇ ਮੁਸ਼ਕਲਾਂ ਵਧਦੀਆਂ ਨੇ ਜੇ ਤੂੰ ਐਵੇਂ ਉਦਾਸ ਬੈਠੀ ਰਹੇਂਗੀ ਰੋਵੇਂਗੀ ਤਾਂ ਉਹਦੇ ਨਾਲ ਤੇਰੇ ਹੱਥੀਂ ਕੁਝ ਨਹੀਂ ਆਉਣਾ ਹੈਗਾ ਇਹਦੇ ਲਈ ਉੱਠ ਕੇ ਡਟ ਕੇ ਮੁਕਾਬਲਾ ਕਰਨਾ ਪੈਣਾ ਕਹਿੰਦੀ ਉਹ ਕਿਵੇਂ ਕਰਾਂ ਉਹ ਇੰਨਾ ਵੱਡਾ ਤੇ ਅਸੀਂ ਛੋਟੇ ਜੇ ਕਹਿੰਦਾ ਉਹ ਨਾ ਸਾਹਮਣੇ ਤਲਾਬ ਤੇ ਸਤਾਪਿਆ ਉਹ ਛੱਪੜ ਵਿੱਚੋਂ ਨਾ ਆਪਾਂ ਮੱਛੀਆਂ ਫੜ ਕੇ ਲਿਆਉਣੀਆਂ ਉਹ ਮੈਨਾ ਤੇ ਤੋਤਾ ਕਹਿੰਦੇ ਵੀ ਤੂੰ ਸ਼ਾਇਦ ਜਾਣਦਾ ਨਹੀਂ ਵੀ ਅਸੀਂ ਮੱਛੀਆਂ ਨਹੀਂ ਖਾਂਦੇ ਕਿੰਨੇ ਵਕਾਂ ਲਈ ਨਹੀਂ ਕਹਿੰਦੇ ਪਸ ਤੁਸੀਂ ਮੇਰੇ ਨਾਲ ਆਓ ਉਹਨਾਂ ਕੀ ਕੀਤਾ ਬੜੀਆਂ ਸਾਰੀਆਂ ਮੱਛੀਆਂ ਲੈ ਕੇ ਆਏ ਉਹ ਥੋੜੀ ਦੂਰੀ ਤੇ ਇੱਕ ਨਾ ਨਿਉਲਾ ਰਹਿਦਾ ਸੀ ਉਹਨਾਂ ਨਿਉਲੇ ਦੇ ਜਿਹੜੀ ਖੁੱਡ ਜੀ ਸੀ ਉਥੋਂ ਲੈ ਕੇ ਤੇ ਜਿੱਥੇ ਸੱਪ ਸੀ ਉਹ ਪਿੱਪਲ ਦੇ ਰੁੱਖ ਵਿੱਚ ਉਥੋਂ ਪੂਰੀ ਸੇਦ ਵਿੱਚ ਪੂਰੀ ਚਿੰਚਿੰਕੇ ਮੱਛੀਆਂ ਲਾ ਦਿੱਤੀ ਹੁਣ ਜਦੋਂ ਅਗਲੀ ਸਵੇਰ ਹੋਈ ਨਿਉਲਾ ਬਾਹਰ ਆਇਆ ਤੇ ਦੇਖਦਾ ਹੈ ਵੀ ਮੱਛੀ ਮੱਛੀਆਂ ਵੀ ਉਹਨਾਂ ਇੱਕ ਪਹਿਲਾਂ ਮਿਲਦੀ ਫਿਰ ਦੋ ਮਿਲਦੀ ਫਿਰ ਉੱਪਰ ਮੁਹ ਕਰਕੇ ਰੱਬ ਦਾ ਸ਼ੁਕਰਾਨਾ ਕਰਦਾ ਹੈ ਵੀ ਅੱਜ ਤਾਂ ਰੱਬਾ ਤੂੰ ਮੇਰੇ ਸਭ ਪੂਰਾ ਦੇਣ ਹੀ ਬਣਾ ਦਿੱਤਾ ਮੈਨੂੰ ਜਦੋਂ ਮੈਂ ਆਪਣੇ ਉਥੇ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੱਛੀਆਂ ਮਿਲਦੀਆਂ ਜਾ ਰਹੀਆਂ ਉਹ ਮੱਛੀਆਂ ਖਾ ਕੇ ਤੇ ਤ੍ਰਿਪਤ ਹੋ ਗਿਆ ਉਹ ਕਹਿੰਦਾ ਵੀ ਚੇਕਰ ਉਹ ਪਿੱਪਲ ਤੱਕ ਆ ਜਾਂਦਾ ਕਹਿੰਦਾ ਵੀ ਮੈਨੂੰ ਇੰਨਾ ਕੁਝ ਮਿਲਿਆ ਤੇ ਮੈਨੂੰ ਲੱਗਦਾ ਇੱਕ ਖੁੱਡ ਵਿੱਚ ਤੇ ਬੜਾ ਕੁਝ ਮੇਰੇ ਖਾਣ ਲਈ ਹੋਣਾ ਮੈਂ ਤੇ ਕਿੰਨੇ ਦਿਨ ਕੁਝ ਵੀ ਨਹੀਂ ਕਰਨਾ ਪੈਣਾ ਆਰਾਮ ਨਾਲ ਬੈਠ ਕੇ ਖਾ ਸਕਦਾ ਜਦੋਂ ਖੁੱਡ ਦੇ ਵਿੱਚ ਜਾਂਦਾ ਤੇ ਅੱਗੇ ਸੱਪ ਹੁੰਦਾ ਸੱਪ ਨੂੰ ਵੇਖ ਕੇ ਤੇ ਤੁਹਾਨੂੰ ਪਤਾ ਹੈ ਸੱਪ ਤੇ ਨਿਉਲੇ ਦੀ ਆਪਸ ਵਿੱਚ ਬੜੀ ਦੁਸ਼ਮਣੀ ਹੁੰਦੀ ਹੈ ਨਿਉਲੇ ਤੋਂ ਦੇ ਵਿੱਚ ਲੜਾਈ ਹੋਣ ਲੱਗ ਜਾਂਦੀ ਕੋਜੀਸ਼ਨਾਂ ਵਿੱਚ ਜਿਹੜਾ ਨਿਉਲਾ ਸੀ ਉਹ ਸੱਪ ਨੂੰ ਮਾਰ ਕੇ ਤੇ ਬਾਹਰ ਆ ਜਾਂਦਾ ਉਹ ਤੇ ਖੂਨੀ ਖੂਨ ਹੋਇਆ ਹੁੰਦਾ ਜਦੋਂ ਇਹ ਸਭ ਤੋਤਾ ਤੇ ਮੈਨਾ ਦੇਖਦੇ ਨੇ ਉਹ ਬੜੇ ਜਿਆਦੇ ਖੁਸ਼ ਹੁੰਦੇ ਨੇ ਜਿਹੜੀ ਤੋਤਾ ਅਤੇ ਮੈਨਾ ਹੁੰਦੇ ਨੇ ਨਾ ਉਹ ਕਹਿੰਦੇ ਵੀ ਮੈਨਾ ਥੱਲੇ ਆ ਮੈਨਾ ਉੱਤੇ ਬੈਠੀ ਹੁੰਦੀ ਹੈ ਤੇ ਕਹਿੰਦੀ ਵੀ ਤੇਰਾ ਬੜਾ ਬੜਾ ਧੰਨਵਾਦ ਵੀ ਅਸੀਂ ਤੇ ਇਸ ਤੋਂ ਇੰਨਾ ਤੰਗ ਆ ਗਏ ਸੀ ਨਾ ਵੀ ਅਸੀਂ ਬੜੇ ਦੁਖੀ ਸੀ ਇਹ ਤੇ ਸਾਡੇ ਬੱਚੇ ਜਿਹੜੇ ਸਨ ਉਹਨਾਂ ਨੂੰ ਜਿਉਣ ਤੋਂ ਪਹਿਲਾਂ ਹੀ ਭਾਵ ਉਹਨਾਂ ਦੁਨੀਆ ਤੋਂ ਤੋਂ ਪਹਿਲਾਂ ਹੀ ਖਾ ਜਾਂਦਾ ਸੀ ਅਸੀਂ ਕੁਝ ਵੀ ਨਹੀਂ ਸੀ ਕਰ ਸਕਦੇ ਤੇ ਤੇਰਾ ਬੜਾ ਬਣਾ ਧੰਨਵਾਦ ਨਿਯੋਲਾ ਕਹਿੰਦਾ ਵੀ ਉੱਤੇ ਬੈਠੀ ਬੈਠੀ ਧੰਨਵਾਦ ਕਰੇਗੀ ਥੱਲੇ ਆ ਕੇ ਆਪਣੇ ਵੈਰੀ ਨੂੰ ਤਾਂ ਵੇਖ ਲਿਆ ਉਹ ਤਾਂ ਉਹ ਮਰ ਗਿਆ ਤੇ ਆ ਕੇ ਤੇਤ ਨਾਲੇ ਮੇਰਾ ਧੰਨਵਾਦ ਵੀ ਕਰਦੇ ਮੈਨਾ ਥੱਲੇ ਆ ਕੇ ਉਹਨੂੰ ਵੇਖਣ ਲੱਗਦੀ ਐ ਤੇ ਨਿਓਲਾ ਤੇ ਚਪਟਾ ਮਾਰ ਕੇ ਤੇ ਉਹ ਮੈਨਾ ਦਾਵੇ ਗਲ ਅੱਡ ਕਰਕੇ ਤੇ ਉਹਨੂੰ ਵੀ ਖਾ ਜਾਂਦਾ ਐ ਐਵੇਂ ਕਿ ਆ ਜਾਂਦਾ ਵੀ ਆਪਣੇ ਆਪੇ ਉਹਦੀ ਉਹਨੇ ਮੈਨਾ ਨੇ ਕੀ ਗਲਤੀ ਕੀਤੀ ਵੀ ਆਪਣੇ ਇੱਕ ਵੈਰੀ ਨੂੰ ਮਾਰਨ ਲਈ ਨਾ ਉਹਨੇ ਆਪਣੇ ਦੂਸਰੇ ਵੈਰੀ ਨੂੰ ਆਪਣਾ ਉਹ ਵੈਰੀ ਤੋਂ ਹੀ ਮਾਰਤਾ ਤੇ ਵੈਰੀ ਤਾਂ ਹਮੇਸ਼ਾ ਹੀ ਵੈਰੀ ਰਹਿੰਦੇ ਨੇ ਇਸ ਲਈ ਭਾਵੇਂ ਕਦੀ ਕੁਝ ਵੀ ਹੋ ਜਾਏ ਆਪਣੇ ਵੈਰੀਆਂ ਦੇ ਕਦੀ ਵੀ ਉਹਨਾਂ ਨੂੰ ਇਨੇ ਸਕੇ ਨਾ ਸਮਝੋ ਕਿ ਉਹਨਾਂ ਤੋਂ ਮਦਦ ਲੈਣ ਲਈ ਤਿਆਰ ਹੋ ਜਾ ਆਪਾਂ ਇੱਕ ਡਰ ਤੋਂ ਦੂਸਰੇ ਡਰ ਕੋਲ ਭੱਜਦੇ ਆਂ ਪਰ ਉਹ ਡਰ ਆਪਾਂ ਨੂੰ ਹੋਰ ਵੀ ਜ਼ਿਆਦਾ ਡਰੋਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਵੀ ਕਦੇ ਵੀ ਕੁਝ ਵੀ ਹੋ ਜਾਏ ਇਹਨਾਂ ਚਾਰ ਲੋਕਾਂ ਦੀ ਤੁਸੀਂ ਕਦੇ ਵੀ ਮਦਦ ਨਾ ਲਿਆ ਕਰੋ ਸਭ ਤੋਂ ਪਹਿਲਾਂ ਆਪਣੇ ਦੁਸ਼ਮਣ ਤੋਂ ਕਦੇ ਵੀ ਮਦਦ ਨਾ ਮੰਗੋ ਉਹ ਤਾਂ ਸਮਾਂ ਵੇਖਦਾ ਤੁਹਾਡੇ ਤੇ ਫਿਰ ਜ਼ਰੂਰ ਵਾਰ ਕਰੇਗਾ ਤੇ ਕਿਹਾ ਜਾਂਦਾ ਹੈ ਤਿਆਰੀ ਨਾਲ ਕੀਤਾ ਵਾਰ ਕਦੇ ਖਾਲੀ ਨਹੀਂ ਜਾਂਦਾ ਦੂਸਰਾ ਜੋ ਅਹੰਕਾਰ ਨਾਲ ਭਰਿਆ ਹੁੰਦਾ ਉਸ ਤੇ ਕਦੇ ਵੀ ਮਦਦ ਨਾ ਲਵੋ ਉਹ ਇੱਕ ਵਾਰ ਤਾਂ ਮਦਦ ਕਰ ਦੇਗਾ ਪਰ ਚਾਰ ਲੋਕਾਂ ਵਿੱਚ ਆਪਣੀ ਵੱਡੋ ਬਣਾਉਣ ਲਈ ਤੁਹਾਨੂੰ ਛੱਟ ਬੇਇਜਤ ਕਰ ਦਵੇਗਾ ਕਿ ਫਲਾਣੀ ਥਾਂ ਇੰਨੇ ਮੇਰੀ ਮਦਦ ਲਈ ਸੀ ਉਹ ਆਪਣੇ ਹੰਕਾਰ ਲਈ ਕਿਤੇ ਵੀ ਨੀਚੇ ਗੇਰ ਸਕਦੇ ਤੀਸਰਾ ਜੋ ਛਲਾਵੇ ਦੇ ਨਾਲ ਜਿਹਦਾ ਮਨ ਭਰਿਆ ਹੋਵੇ ਜਿਹਦੇ ਹਰ ਪਾਸੇ ਕਪਟ ਹੋਵੇ ਉਹ ਮਨੁੱਖ ਤੋਂ ਕਦੀ ਵੀ ਮਦਦ ਨਾ ਮੰਗੋ ਕਿਉਂਕਿ ਕਿਆ ਜਾਂਦਾ ਨਾ ਹਾਥੀ ਦੇ ਦੰਦ ਵਖਾਣ ਲਈ ਹੋਰ ਤੇ ਖਾਣ ਲਈ ਹੋਰ ਹੁੰਦੇ ਨੇ ਐਵੇਂ ਦੇ ਬਹੁਤ ਸਾਰੇ ਮਨੁੱਖ ਹੁੰਦੇ ਨੇ ਜੋ ਵਿਖਾਵੇਲੀ ਹੋਰ ਹੁੰਦੇ ਨੇ ਤੇ ਅੰਦਰ ਉਹਨਾਂ ਦੇ ਛਲ ਕਪਟ ਭਰਿਆ ਹੁੰਦਾ ਚੌਥਾ ਨਸ਼ੇ ਵਿੱਚ ਦੁੱਤ ਮਨੁੱਖ ਤੇ ਕਦੇ ਵੀ ਮਦਦ ਨਾ ਲਵੋ ਉਹ ਆਪ ਤਾਂ ਮਰੇਗਾ ਹੀ ਮरेगा ਨਾ ਹਾਲ ਤੁਹਾਨੂੰ ਵੀ ਲੈ ਡੁੱਬੇਗਾ ਮੰਨ ਲਓ ਤੁਸੀਂ ਮੋਟਰਸਾਈਕਲ ਤੇ ਜਾਣਾ ਉਹਨੇ ਆਪ दारू ਪੀਤੀ ਤੁਸੀਂ ਉਸ ਤੋਂ ਮਦਦ ਮੰਗੀ ਵੀ ਰਾਹ ਵਿੱਚ ਛੱਡਦੀ ਉਹਨੇ दारू ਪੀਤੀ ਉਹਨ ਤੇ ਡਿਗਨੇ ਡਿਗਨੇ ਨਾਲ ਤੁਸੀਂ ਵੀ ਡਿੱਗੋਗੇ ਇਸ ਕਰਕੇ ਇਹਨਾਂ ਚਾਰ ਮਨੁੱਖਾਂ ਤੋਂ ਕਦੇ ਮਦਦ ਨਾ ਮੰਗੋ ਭਾਵੇਂ ਮਰ ਜਾਵੋ ਫਿਰ ਕਾਨਿਕਾ ਵਿਵੇਕ ਹੁਣ ਵੀ ਤੈਨੂੰ ਕੁਝ ਸਿੱਖਿਆ ਮਿਲੀ ਕਿ ਨਾ ਮਿਲੀ ਕਿੰਦਾ ਕਿ ਤੂੰ ਜਿਵੇਂ ਉਹ ਨਿਉਲੇ ਨੇ ਉਹਨੂੰ ਕਿਹਾ ਵੀ ਥੱਲੇ ਆ ਜਾ ਤੇ ਮੇਰਾ ਸ਼ੁਕਰਾਨਾ ਕਰ ਦੇ ਨਾਲੇ ਆਪਣੇ ਵੈਰੀ ਨੂੰ ਵੇਖ ਲੈ ਉਹਨੇ ਇੱਕ ਵੈਰੀ ਨੂੰ ਮਰਉਣ ਲਈ ਦੂਸਰੇ ਵੈਰੀ ਨਾਲ ਹੱਥ ਮਲੋਇਆ ਸੀ ਪਰ ਵੈਰੀ ਹਮੇਸ਼ਾ ਵੈਰੀ ਰਹਿੰਦੇ ਨੇ ਤੂੰ ਥੋੜੇ ਜੇ ਇੱਕ ਅੰਨ ਲਈ ਇਹਦੇ ਕੋਲ ਚੱਲੀਏ ਇਹਨੇ ਪਹਿਲਾਂ ਤੈਨੂੰ ਖਾਣਾ ਹੈ ਤੇ ਫਿਰ ਇਹਨੇ ਉਹ ਜਿਹੜੇ ਮਾਸਾ ਟੁਕੜਾ ਉਹਨੂੰ ਖਾਏਗੀ ਇਸ ਲਈ ਹਮੇਸ਼ਾ ਹਰ ਇੱਕ ਚੀਜ਼ ਤੋਂ ਸਰਗਰਿਆ ਕਰੋ ਚਾਹੇ ਕੋਈ ਕਿੰਨਾ ਵੀ ਤੁਹਾਡੇ ਨਜ਼ਦੀਕੀ ਪਰ ਅੱਖਾਂ ਖੋਲ ਕੇ ਰੱਖਿਆ ਕਰੋ ਕਿ ਆ ਜਾਂਦਾ ਆਪਣੇ ਆਪਾਂ ਨੂੰ ਕਿਸੇ ਹੋਰ ਤੋਂ ਨੁਕਸਾਨ ਜਾਂ ਫਿਰ ਕਿਸੇ ਹੋਰ ਤੋਂ ਧੋਖੇ ਦੀ ਉਮੀਦ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਆਪਣੇ ਹੀ ਧੋਖਾ ਦਿੰਦੇ ਨੇ ਦੂਜਿਆਂ ਬੇਗਾਨਿਆਂ ਨੇ ਆਪਣੇ ਤੋਂ ਕੀ ਲੈਣਾ ਜੋ ਆਪਣੇ ਨੇੜੇ ਹੁੰਦੇ ਨੇ ਜੋ ਆਪਣੇ ਬਾਰੇ ਸਾਰਾ ਕੁਝ ਜਾਣਦੇ ਨੇ ਹਮੇਸ਼ਾ ਅਕਸਰ ਉਹੀ ਧੋਖਾ ਦੇ ਜਾਂਦੇ ਨੇ ਇਸ ਲਈ ਆਪਣੀ ਜ਼ਿੰਦਗੀ ਨੂੰ ਉਵੇਂ ਜਿਵੇਂ ਜਿਵੇਂ ਤੁਸੀਂ ਜਿਉਣਾ ਚਾਹੁੰਦੇ ਆਪਣੀ ਖੁਸ਼ੀਆਂ ਵਿੱਚ ਆਪ ਆਨੰਦ ਮਾਣੋ ਜ਼ਰੂਰੀ ਨਹੀਂ ਕਿ ਜਿੰਨਾ ਤੁਸੀਂ ਸ਼ੋਸ਼ੇबाजी ਕਰੋਗੇ ਤੁਸੀਂ ਤਾਂ ਹੀ ਖੁਸ਼ ਰਹੋਗੇ ਇੱਕ ਸਾਦੀ ਤੇ ਸਰਲ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਲੈ ਕੇ ਆਉਂਦੀ ਤੇ ਇਹ ਜੀਵਨ ਜਾਚ ਆਪਾਂ ਆਪਣੇ ਬੱਚਿਆਂ ਨੂੰ ਸਿਖਾਈਏ ਉਹ ਵੀ ਜ਼ਿੰਦਗੀ ਵਿੱਚ ਫਿਰ ਖੁਸ਼ ਰਹਿਣਗੇ ਸ਼ੋਸ਼ੇਬਾਜੀ ਦੀ ਦੁਨੀਆ ਤੋਂ ਉੱਪਰ ਉੱਠ ਜਾਏ ਮਦਦ ਕਰਨੀ ਨਾ ਤਾਂ ਰੱਬ ਕਹਿੰਦਾ ਮੈਂ ਵੀ ਉਹਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦਾ ਫਿਰ ਪਹਿਲਾਂ ਆਪਾਂ ਆਪਣੀ ਮਦਦ ਆਪ ਕਰੀਏ ਆਪਣੇ ਆਪ ਨੂੰ ਚੰਗਾ ਸਮਝੀ ਅਤੇ ਹਰੇਕ ਕੰਮ ਵਿੱਚ ਉੱਦਮ ਲੈ ਕੇ ਆਈਏ ਜੋ ਮਨੁੱਖ ਉੱਦਮ ਕਰਦਾ ਉਹ ਜ਼ਿੰਦਗੀ ਦੀ ਹਰੇਕ ਖੁਸ਼ੀ ਹਾਸਿਲ ਕਰ ਲੈਂਦਾ ਫਿਰ ਉਠੋ ਉੱਦਮ ਦੇ ਸਾਥੀ ਬਣੋ ਤੇ ਆਪਣੀ ਮਦਦ ਆਪ ਕਰੋ